ਅੱਜ ਆਪਾਂ ਚੱਲੇ ਹਾਂ ਘੁੰਮਣ। ਸੋ ਮੈਂ ਸੋਚਿਆ ਕਿ ਇਕੱਲੇ ਇਕੱਲੇ ਤਾਂ ਬਹੁਤ ਘੁੰਮਦੇ, ਚਲੋ ਤੁਹਾਨੂੰ ਵੀ ਥੋੜ੍ਹਾ ਆਪਣੇ ਨਾਲ ਘੁੰਮਾਈਏ। ਅਤੇ ਅੱਜ ਆਪਾਂ ਚੱਲੇ ਹਾਂ ਪਿਸ਼ਕੇਰੇ ਦਲਗਾਰ ਦਾ। ਓਕੇ, ਸੋ ਦੇਖਦੇ ਹਾਂ, ਬਹੁਤ ਸੋਹਣੀ ਜਗ੍ਹਾ ਹੈ, ਬਹੁਤ ਸੋਹਣੀ ਥਾਂ ਹੈ ਘੁੰਮਣ ਵਾਸਤੇ। ਅਤੇ ਮੈਨੂੰ ਪਤਾ ਕਿ ਤੁਹਾਡੇ ਵਿੱਚੋਂ ਬਹੁਤ ਸਾਰੇ ਘੁੰਮ ਵੀ ਚੁੱਕੇ ਹੋਣੇ, ਬਟ ਇਹ ਵੀਡੀਓ ਸਪੈਸ਼ਲ ਮੇਰੇ ਇੰਡੀਅਨ ਫਰੈਂਡਸ ਵਾਸਤੇ ਹੈ ਜਿਹੜੇ ਯੂਰਪ ਘੁੰਮਣਾ ਚਾਹੁੰਦੇ ਹੈ। ਸੋ ਪਲੀਜ਼ ਮੇਰੇ ਨਾਲ ਬਣੇ ਰਹੋ ਤੁਸੀਂ। बहुत सोहना है जो कि पानी के बनया हुआ है। ओके, सो हम आप रोड क्रॉस करके उत्थे जाने। इन पार्किंग के बारे दस्या सीगा, ए एथे है ते एथे तुसी देख सकते हो द लूने दी एवेनर दी फ्रॉम मंडे टू फ्राइडे फ्री हैगी है। ओके, साबा तो ए प्रेफरीतीस सैटरडे एंड होलीडेज ते मतलब कि हैगी है पागामेंटो तो हैगी है। ओके गाइस, तुसी देख सकते हो इत्थे, ते इत्थे पार्किंग हैगी है, ते इत्थे बिल्कुल ही इत्थे लागो दे पास ही है बिल्कुल। ਤੁਸੀਂ ਦੇਖ ਸਕਦੇ ਹੋ ਇੱਥੇ ਇੱਕ ਰੈਸਟੋਰੈਂਟ ਬਣਿਆ ਹੋਇਆ ਹੈ ਜੋ ਸ਼ਾਇਦ ਪਾਣੀ ਦੇ ਵਿੱਚ ਬਣਿਆ ਹੋਇਆ ਹੈ। ਤੁਸੀਂ ਬੋਟ ਦੇਖ ਸਕਦੇ ਹੋ, ਰੈਸਟੋਰੈਂਟ ਹੈ ਬਿਲਕੁਲ ਇੱਕ ਬੋਟ ਦੀ ਸ਼ਕਲ 'ਚ ਹੈਗਾ ਆ। ਅਤੇ ਸੋ ਇਹ ਰਹੀ ਲੇਕ ਜੋ ਕਿ ਬਹੁਤ ਹੀ ਸੋਹਣੀ ਹੈ, ਤੁਸੀਂ ਦੇਖ ਸਕਦੇ ਹੋ। ਓਕੇ, ਸੋ ਤੁਸੀਂ ਮੇਰੇ ਨਾਲ ਰਹੋ ਜੇ ਤੁਸੀਂ ਯੂਰਪ ਘੁੰਮਣਾ ਚਾਹੁੰਦੇ ਹੋ ਅਤੇ ਯੂਰਪ ਦੀਆਂ ਸੋਹਣੀ ਸੋਹਣੀ ਸਿਟੀਜ਼ ਅਤੇ ਲੇਕਸ ਦੇਖਣਾ ਚਾਹੁੰਦੇ ਹੋ। ਗਾਈਸ, ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਬਹੁਤ ਹੀ ਸੋਹਣਾ ਵਿਊ ਹੈ ਅਤੇ ਬਹੁਤ ਹੀ ਬਿਊਟੀਫੁਲ ਹੈ। ਸੋ ਵੈਸੇ ਤੁਸੀਂ ਕਿਸੇ ਵੀ ਟਾਈਮਿੰਗ ਆ ਸਕਦੇ ਹੋ ਇੱਥੇ, ਪਰ ਸਮਰ 'ਚ ਮੈਂ ਤੁਹਾਨੂੰ ਪ੍ਰੈਫਰ ਕਰਾਂਗੀ ਕਿ ਅਗਰ ਸ਼ਾਮ ਦੇ ਟਾਈਮ ਤੁਸੀਂ ਆ ਸਕਦੇ ਹੋ ਆਫਟਰਨੂਨ 'ਚ। ਸੋ ਇਟਸ ਵੈਰੀ ਬਿਊਟੀਫੁਲ ਕਿਉਂਕਿ ਥੋੜ੍ਹਾ ਗਰਮੀ ਵੀ ਘੱਟ ਹੋ ਜਾਂਦੀ ਹੈ। ਓਕੇ, ਪਰ ਜੇ ਤੁਹਾਨੂੰ ਗਰਮੀ ਪਸੰਦ ਹੈ ਤਾਂ ਤੁਸੀਂ ਕਿਸੇ ਵੀ ਟਾਈਮ ਆ ਸਕਦੇ। ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਆਪਾਂ ਪੂਲ ਕ੍ਰੋਸ ਕਰਕੇ ਹੁਣ ਸਿੱਧਾ ਸੈਂਟਰ 'ਚ ਜਾਣ ਲੱਗੇ ਹਾਂ। ਓਕੇ, देख सकते हो ते ए पूल क्रॉस करके जो सामने अपन डोर दिखाई दे रहा है सामने, सो उस दे विच एंटर होते हुए आप चेंटर चलेंगे, मीन सेंटर चलेंगे। ओके, सो इटली सब तो ज़्यादा खूबसूरत ये चीज़ है कि तुसी किते भी जाओ तुहानू उते फ्लावर्स मिलन ही मिलनगे। तुसी देख सकते हो, तुसी देख सकते हो आप मेन डोर के अंदर एंटर हो गए हाँ। सो ये बहुत ही पुराने टाइम का बनया हुआ है, मीनस तुसी देखोगे तो ज़्यादातर यूरोप जो कंस्ट्रक्शन है वो तो ओल्ड ही देखने को मिलेंगियाँ। सो इतने असी एंटर होते हुए असी पहुँच चुके हैं पिशकेरा चेंत्र। ओके गाइस, सो मेरे नाल बने रहो तुसी, देखते हैं किदा है। अगर तुसी कदे भी यूरोप आते हो तो प्लीज़ मैं तुम्हें राय दूँगी तुसी इत्थे जरूर विजिट करो क्योंकि बहुत सोहना है। ਵੀ ਆਰ ਫਾਈਨਲੀ ਇਨ ਸੈਂਟਰ। ਓਕੇ, ਆਪਾਂ ਸੈਂਟਰ 'ਚ ਘੁੰਮ ਚੁੱਕੇ ਹਾਂ ਅਤੇ ਤੁਸੀਂ ਇੱਥੇ ਦੇ ਨਜ਼ਾਰੇ ਦੇਖ ਸਕਦੇ ਹੋ, ਲੋਕ ਬੋਟਿੰਗ ਕਰ ਰਹੇ ਨੇ ਅਤੇ ਦਿਸ ਇਜ਼ ਸਮਰ ਇਨ ਇਟਲੀ। ਓਕੇ, ਸੋ ਇਹ ਹੈ ਗਰਮੀਆਂ ਇਟਲੀ ਦੇ ਵਿੱਚ, ਯੂਰਪ ਦੇ ਵਿੱਚ। ਤੁਸੀਂ ਦੇਖ ਸਕਦੇ ਹੋ ਕਿੱਥੇ ਲੋਕ ਕਿੰਨਾ ਇੰਜੋਏ ਕਰਦੇ ਹੈ। ਸੋ ਤੁਸੀਂ ਮੇਰੇ ਨਾਲ ਬਣੇ ਰਹੋ ਕਿ ਆਪਾਂ ਇੱਦਾਂ ਹੀ ਇੰਜੋਏ ਕਰਦੇ ਹੋਏ ਚੱਲਾਂਗੇ ਨਾਲ ਨਾਲ ਇਕੱਠੇ ਇਕੱਠੇ। ਮਸ਼ਹੂਰ ਹੈ ਹੋਟਲਸ ਲਈ, ਫਲਾਵਰਸ ਲਈ, ਲੇਕਸ ਲਈ। ਤੁਸੀਂ ਦੇਖ ਸਕਦੇ ਹੋ ਇੱਥੇ ਜਿੰਨੀ ਵੀ ਤੁਹਾਨੂੰ ਬਿਲਡਿੰਗਸ ਦਿਖ ਰਹੀ ਹੈ ਇੱਥੇ, ਇਹ ਸਾਰੇ ਹੋਟਲਸ ਨੇ ਇੱਥੇ। ਜੋ ਵੀ ਟੂਰਿਸਟ ਵਗੈਰਾ ਆਉਂਦੇ ਹੋ ਇੱਥੇ ਰੁਕਦੇ ਹੈ। ਸੋ ਜੋ ਸਾਹਮਣੇ ਆਪ ਨੂੰ ਦਿਖ ਰਹੀ ਹੈ ਇੱਕ ਸਟਰੀਟ ਦਿਖ ਰਹੀ ਹੈ, ਉੱਥੇ ਜਾ ਕੇ ਮਾਰਕੀਟ ਹੈ ਸਾਹਮਣੇ। ਸੋ ਪਲੀਜ਼ ਤੁਸੀਂ ਮੇਰੇ ਨਾਲ ਬਣੇ ਰਹੋ ਤਾਂ ਕਿ ਆਪਾਂ ਪੂਰੀ ਤਰ੍ਹਾਂ ਤੋਂ ਘੁੰਮ ਸਕੀਏ। ਸੋ ਤੁਸੀਂ ਦੇਖ ਸਕਦੇ ਹੋ ਆਪਾਂ ਹੋ ਚੁੱਕੇ ਹਾਂ ਐਂਟਰ ਪਿਆਸੇ ਦੇ ਵਿੱਚ।
What's a boy? ਇੱਥੇ ਸ਼ੋਪਸ ਹੈ ਐਂਟੀਕ ਸ਼ੋਪਸ ਤੁਸੀਂ ਦੇਖ ਸਕਦੇ ਹੋ ਬਟ ਹਮੇਸ਼ਾ ਤੁਸੀਂ ਇੱਕ ਗੱਲ ਯਾਦ ਰੱਖਣਾ ਕਦੇ ਵੀ ਟੂਰਿਸਟ ਪਲੇਸ 'ਤੇ ਸ਼ੋਪਿੰਗ ਕਰਨਾ ਬਹੁਤ ਹੀ ਕੋਸਟਲੀ ਪੈਂਦਾ ਹੈ ਕਿਉਂਕਿ ਟੂਰਿਸਟ ਪਲੇਸ ਕਰਕੇ ਬਹੁਤ ਜ਼ਿਆਦਾ ਸਭ ਕੁਛ ਬਹੁਤ ਜ਼ਿਆਦਾ ਕੋਸਟਲੀ ਹੁੰਦਾ ਹੈ ਸੋ ਹੁਣ ਆਪਾਂ ਬਿਲਕੁਲ ਨਹੀਂ ਪਰ ਇਸ਼ਕੇਰਾ ਚੈਂਤਰ 'ਚ ਘੁੰਮ ਰਹੇ ਹਾਂ ਸੋਰੀ ਅਤੇ ਆਪਾਂ ਤੁਸੀਂ ਦੇਖ ਸਕਦੇ ਹੋ ਇੱਥੇ ਮਾਰਕੀਟ ਲੱਗੀ ਹੋਈ ਹੈ ਜਿੱਦਾਂ ਜਿੱਦਾਂ ਸ਼ਾਮ ਹੁੰਦੀ ਜਾ ਰਹੀ ਹੈ ਉੱਦਾਂ ਉੱਦਾਂ ਹੀ ਇਸ ਥਾਂ ਦੀ ਖੂਬਸੂਰਤੀ ਹੋਰ ਵੱਧਦੀ ਜਾ ਰਹੀ ਹੈ ਤੁਸੀਂ ਆਪਣੀ ਅੱਖਾਂ ਨਾਲ ਦੇਖ ਸਕਦੇ ਹੋ ਕਿ ਕਿੰਨਾ ਵਧੀਆ ਕਿੰਨਾ ਹਸੀਨ ਨਜ਼ਾਰਾ ਹੈ ਇੱਥੇ ਆਪਾਂ ਚੈਂਤਰ 'ਚ ਘੁੰਮ ਚੁੱਕੇ ਹਾਂ ਸੋ ਆਪਾਂ ਜਾ ਰਹੇ ਹਾਂ ਹੁਣ ਬੀਚ ਸਾਈਡ ਓਕੇ ਤੁਸੀਂ ਮੇਰੇ ਪਿੱਛੇ ਲੇਕ ਦੇਖ ਸਕਦੇ ਹੋ ਕਿ ਕਿੰਨਾ ਸੋਹਣਾ ਨਜ਼ਾਰਾ ਹੈ ਅਤੇ ਤੁਸੀਂ ਮੇਰੇ ਨਾਲ ਰਹੋ ਕਿ ਆਪਾਂ ਮੈਂ ਤੁਹਾਨੂੰ ਦਿਖਾਉਂਦੀ ਹਾਂ ਹੁਣ ਆਪਾਂ ਬੀਚ ਸਾਈਡ ਜਾਵਾਂਗੇ ਅਤੇ ਜਿੱਥੇ ਲਾਗੋ ਕਹਿੰਦੀ ਹੈ ਜਿਵੇਂ ਲੇਕ ਕਿਉਂਕਿ ਉੱਥੇ ਬਹੁਤ ਸੋਹਣੀ ਹੈ ਸੋ ਮੈਂ ਤੁਹਾਨੂੰ ਫਰੰਟ ਟਾਈਮ ਕੈਮਰਾ ਟਰਨ ਕਰਕੇ ਤੁਹਾਨੂੰ ਦਿਖਾਉਂਦੀ ਹਾਂ ਓਕੇ ਚਾਹ ਮਾਨ ਸੋ ਤੁਸੀਂ ਦੇਖ ਸਕਦੇ ਹੋ ਇੱਥੇ ਦੂਰ ਦੂਰ ਤੋਂ ਟੂਰਿਸਟ ਆਉਂਦੇ ਨੇ ਅਤੇ ਇੱਥੇ ਬੋਟਸ ਬਾਈ ਕਰਦੇ ਨੇ ਰੈਂਟ 'ਤੇ ਲੈਂਦੇ ਨੇ ਸੋ ਘੁੰਮਦੇ ਫਿਰਦੇ ਹੈ ਅਤੇ ਤੁਸੀਂ ਦੇਖ ਸਕਦੇ ਹੋ ਸੂਰਜ ਦੀ ਰੋਸ਼ਨੀ 'ਚ ਕਿੰਨਾ ਸਭ ਸੋਹਣਾ ਲੱਗ ਰਿਹਾ ਕਿਉਂਕਿ ਸ਼ਾਮ ਹੋ ਰਹੀ ਹੈ ਤਕਰੀਬਨ ਆਈ ਥਿੰਕ ਸੋ ਸ਼ਾਮ ਦੇ 6 ਵੱਜ ਚੁੱਕੇ ਹੋਣੇ ਆ ਇਸ ਤਰ੍ਹਾਂ ਅਤੇ ਹੁਣੇ ਆਪਣਾ ਲਾਸਟ ਦੀ ਸਾਈਡ ਜਾ ਕੇ ਸੋ ਤੁਸੀਂ ਦੇਖ ਸਕਦੇ ਹੋ ਇੱਥੇ ਤੁਸੀਂ ਘੁੰਮ ਸਕਦੇ ਹੋ ਸੈਰ ਕਰਨ ਵਾਸਤੇ ਪੀਤਾ ਚਿੱਕਾ ਵੀ ਬਣਿਆ ਹੋਇਆ ਇੱਥੇ ਅਤੇ ਦਾਲੇ ਬਣੇ ਹੋਏ ਅਤੇ ਤੁਸੀਂ ਦੇਖ ਸਕਦੇ ਹੋ ਇੱਥੇ ਲੋਕ ਆਲਰੇਡੀ ਘੁੰਮਦੇ ਹੈਗੇ ਅਤੇ ਸ਼ਾਮ ਦੇ ਟਾਈਮ ਇੱਥੇ ਬਹੁਤ ਜ਼ਿਆਦਾ ਰੌਣਕ ਹੋ ਜਾਂਦੀ ਹੈ ਕਿਉਂਕਿ ਲੋਕ ਬਾਹਰ ਨਿਕਲਦੇ ਆ ਸ਼ਾਮ ਨੂੰ ਗਰਮੀ ਥੋੜ੍ਹੀ ਘੱਟ ਜਾਂਦੀ ਹੈ ਅਤੇ ਕੁਛ ਲੋਕ ਆਪਣੇ ਘਰ ਵਾਪਸ ਜਾ ਰਹੇ ਹੁੰਦੇ ਆ ਅਤੇ ਬਾਹਰ ਹੀ ਲੋਕ ਡਿਨਰ ਵਗੈਰਾ ਕਰਨਾ ਪਲੈਨ ਕਰਦੇ ਹੈ Thank you.
Adesso andiamo a vedere come le esce. Picci da tutto.